ਪਰਦੇਸ ਟਾਈਮਸ ਟੀਵੀ ਦੇ ਦਰਸ਼ਕਾਂ ਨੂੰ ਪਰਮਪਾਲ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਦਾਬ। ਦੋਸਤੋ, ਅੱਜ ਅਸੀਂ ਸੰਗਰੂਰ ਦੇ ਵਿੱਚ ਪਹੁੰਚੇ ਹੋਏ ਹਾਂ। ਇੱਥੇ ਵਿਲੱਖਣ ਸ਼ਖਸੀਅਤ ਦੇ ਆਪਣੀ ਜਿਹੜੀ ਸ਼ੰਖਲਾ ਚੱਲਦੀ ਆ, ਉਸ ਦੇ ਦੌਰਾਨ ਆਪਾਂ ਇੱਕ ਵਿਲੱਖਣ ਸ਼ਖਸੀਅਤ ਨੂੰ ਅੱਜ ਆਪਾਂ ਮਿਲਾਂਗੇ। ਉਹ ਨੇ ਜੀ ਗੋਗੀ ਗਰੇਵਾਲ, ਜਿਹੜੇ ਕਿ ਸੰਗਰੂਰ ਦੇ ਵਿੱਚ ਬਹੁਤ ਸਫਲ ਬਿਜ਼ਨਸਮੈਨ ਅਤੇ ਕਿਸਾਨ ਨੇ। ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤਾਂ ਕਿ ਤੁਹਾਨੂੰ ਵੀ ਇਸ ਜਿਹੜੀ ਸਫਲ ਕਿਸਾਨ ਜਿਹੜਾ ਹੈਗੇ ਉਹਨਾਂ ਤੋਂ ਤੁਹਾਨੂੰ ਕੋਈ ਪ੍ਰੇਰਨਾ ਜਾਂ ਪਰੰਪਰਾ ਮਿਲ ਸਕੇ। ਸੋ ਆਓ ਆਪਾਂ ਮਿਲਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹਾਂਜੀ, ਥੋੜ੍ਹਾ ਜਿਹਾ ਆਪਾਂ ਉੱਚੀ ਰੱਖਣਾ ਜੀ। ਅਤੇ ਗੋਗੀ ਗਰੇਵਾਲ ਜੀ, ਤੁਹਾਨੂੰ ਮਿਲ ਕੇ ਸਾਨੂੰ ਪਹਿਲਾਂ ਤਾਂ ਬਹੁਤ ਖੁਸ਼ੀ ਹੋਈ। ਥੋੜ੍ਹਾ ਬਹੁਤਾ ਜਿੰਨਾ ਮੈਨੂੰ ਤੁਹਾਡੇ ਬਾਰੇ ਪਤਾ ਹੈਗਾ ਕਿ ਤੁਸੀਂ ਬਹੁਤ ਸਫਲ ਕਿਸਾਨ ਹੋ, ਬਿਜ਼ਨਸਮੈਨ ਹੋ, ਅਤੇ ਉਸਦੇ ਨਾਲ ਦੇ ਨਾਲ ਵੀ ਤੁਸੀਂ, ਤੁਹਾਡੀ ਕਲਮ ਵੀ ਬਹੁਤ ਵਧੀਆ ਕੰਮ ਕਰਦੀ ਹੈ। ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਹਾਡਾ ਜੱਦੀ ਪਿੰਡ ਕਿਹੜਾ? ਮੇਰਾ ਜੱਦੀ ਪਿੰਡ ਜੀ ਗੁੱਜਰਵਾਲ ਆ, ਲੁਧਿਆਣਾ ਡਿਸਟ੍ਰਿਕਟ 'ਚ ਜੀ, ਗੁੱਜਰਵਾਲ ਰੈਪਰ ਗੁੱਜਰਵਾਲ। ਹਾਂਜੀ, ਗਰੇਵਾਲਾਂ ਦੇ ਉੱਤੇ। ਅੱਛਾ, ਗਰੇਵਾਲਾਂ ਦੇ ਪਿੰਡ। ਹਾਂਜੀ, ਮੈਂ ਜੀ ਗਰੇਵਾਲ ਜੀ। ਮੇਰਾ ਪੂਰਾ ਨਾਮ ਕਰਮਜੀਤ ਹੈ, ਵੈਸੇ ਸਾਰੇ ਗੋਗੀ ਗਰੇਵਾਲ ਦੇ। ਵਾਹ ਜੀ ਵਾਹ, ਕਰਮਜੀਤ ਗਰੇਵਾਲ, ਬਹੁਤ ਸੋਹਣਾ ਨਾਂ ਜੀ ਤੁਹਾਡਾ, ਪਰ ਗੋਗੀ ਗਰੇਵਾਲ ਕਹਿ ਕੇ ਅਸੀਂ ਬੁਲਾ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ। ਹਾਂਜੀ, ਤਾਂ ਉਹ ਤੁਹਾਡਾ ਪਿੰਡ ਸੀਗਾ, ਤਾਂ ਫਿਰ ਇੱਥੇ ਸੰਗਰੂਰ ਫਿਰ ਕੀ ਸਬੱਬ ਬਣਿਆ? ਇੱਥੇ ਨਾ ਜੀ, ਫਾਦਰ ਸਾਹਿਬ ਸਾਡੇ ਪਿੰਡਾਂ 'ਚ ਜ਼ਮੀਨਾਂ ਘੱਟ ਨੇ ਜੀ, ਅਤੇ ਫਾਦਰ ਸਾਹਿਬ ਇੱਕ ਤਰ੍ਹਾਂ ਮੇਰੇ ਤਿੰਨ ਬ੍ਰਦਰ ਸੀਗੇ ਫਾਦਰ ਸਾਹਿਬ ਜੀ ਜੀ, ਅਤੇ ਸਾਡੇ ਕੋਲ ਉੱਥੇ ਪਿਛਲੇ ਪਿੰਡ ਜਿਹੜੀ ਜ਼ਮੀਨ ਸੀ ਉਹ 4-5 ਕਿੱਲੇ ਜੀ ਜੀ, ਅਤੇ ਫਾਦਰ ਸਾਹਿਬ ਇੱਕ ਤਰ੍ਹਾਂ ਦੇ ਨਾਲ ਵੀ ਘਰੋਂ ਲੜ ਕੇ, ਸਮਝ ਲਓ ਤੁਸੀਂ, ਹਾਂਜੀ, ਵੀ ਕਿਸੇ ਟਰੱਕ ਦੇ ਨਾਲ ਚੜ ਗਏ। ਅੱਛਾ, ਉਹ ਕੁਦਰਤੀ ਉਹ ਟਰੱਕ ਜਿਹੜਾ ਸੀ ਉਹ ਇਸ ਇਲਾਕੇ ਦਾ ਸੀ ਜੀ। ਵਾਹ, ਬੜੀ ਮਨੋਰੰਜਕ ਕਹਾਣੀ ਹੈ। ਹਾਂਜੀ ਹਾਂਜੀ, ਉਹ ਮਹੀਨਾ ਸਵਾ ਮਹੀਨਾ ਉਹ ਵਾਪਸ ਨਹੀਂ ਗਏ, ਘਰੇ ਫਿਕਰ ਹੋ ਗਿਆ ਵੀ ਮੁੰਡਾ ਕਿੱਥੇ ਚਲੇ ਗਿਆ, ਬਹੁਤ ਛੋਟੀ ਉਮਰ ਸੀ ਜੀ। ਅਤੇ ਜਦੋਂ ਉਹਨਾਂ ਨੂੰ ਪਤਾ ਇਹ ਉਰੇ ਨਾ ਟਰੱਕ ਸਿੱਖਣ ਲੱਗ ਗਏ ਜੀ, ਵੀ ਮੈਂ ਟਰੱਕ ਚਲਾਉਣਾ ਸਿੱਖ ਲਾਂ ਜੀ। ਜਦੋਂ ਟਰੱਕ ਸਿੱਖ ਗਏ ਫਿਰ ਇਹਨਾਂ ਨੇ ਨਾ ਥੋੜ੍ਹਾ ਬਹੁਤਾ ਚਲਾਉਣ ਲੱਗ ਗਏ, ਅਤੇ ਨਾਲ ਪਿੰਡ ਟਰੱਕ ਲੈ ਕੇ ਗਏ। ਹਾਂਜੀ, ਤਾਂ ਉਹਨਾਂ ਟਾਈਮਾਂ ਦੇ ਵਿੱਚ ਸਾਈਕਲ ਚਲਾਉਣਾ ਵੀ ਬਹੁਤ ਵੱਡੀ ਗੱਲ ਹੁੰਦੀ ਸੀ। ਹਾਂਜੀ ਹਾਂਜੀ, ਅਤੇ ਟਰੱਕ ਚਲਾਉਣਾ ਦਾ ਕਾਫੀ ਲੋਕ ਮਤਲਬ ਦੇਖਣ ਅਸਰ ਦੱਸ ਦਿੰਦੇ। ਲਗਭਗ ਕਿਸ ਸਾਲ ਦੀ ਗੱਲ ਹੋਊ ਜੀ ਇਹ? ਜੀ ਤੁਸੀਂ ਲਾ ਲਓ ਵੀ 60-60 ਦੇ 60 ਦੇ ਰੇਟ ਦੀ ਗੱਲ। ਠੀਕ ਹੈ ਠੀਕ ਹੈ, 60-65 ਦੇ। ਹਾਂਜੀ ਜੀ, ਅਤੇ ਉਦੋਂ ਜਦੋਂ ਉਹ ਜੀ ਵਾਪਸ ਪਿੰਡ ਗਏ ਤਾਂ ਪਿੰਡ ਵਾਲੇ ਦੇਖਣ ਜੀ ਵੀ ਆ ਵੀ ਟਰੱਕ ਚਲਾਉਣ ਲੱਗ ਗਿਆ, ਟਰੱਕ ਚਲਾਉਣ ਲੱਗ ਗਿਆ। ਤਾਂ ਮੇਰੇ ਫਾਦਰ ਸਾਹਿਬ ਨੇ ਮਤਲਬ ਘਰੇ ਕਲੇਸ਼ ਕੀਤਾ ਵੀ ਮੈਂ ਟਰੱਕ 'ਚ ਹਿੱਸਾ ਪਾਉਣਾ। ਅੱਛਾ, ਵੀ ਮੈਨੂੰ ਪੈਸੇ ਚਾਹੀਦੇ ਆ ਜੀ। ਤਾਂ ਸਾਡੇ ਦਾਦਾ ਜੀ ਨੇ ਮੇਰੇ ਮਤਲਬ ਉਹਨਾਂ ਨੇ ਡਿਨਾਈ ਕਰਤਾ ਵੀ ਨਹੀਂ ਤੂੰ ਉਜਾੜ ਦੇਗਾ। ਅੱਛਾ, ਆਪਣੇ ਕੋਲ ਤਾਂ 4 ਕਿੱਲੇ ਜੇ ਤੂੰ ਇਹ ਵੀ ਖਤਮ ਕਰਨੇ ਆ ਜੀ, ਵੀ ਉਦੋਂ ਪੈਸਾ ਕਿੱਥੇ ਹੁੰਦਾ ਸੀ। ਹਾਂਜੀ ਹਾਂਜੀ, ਸਾਰੀ ਮੰਨ ਲਓ ਕਹਿੰਦੇ ਜੀ ਮੇਰੀ ਤਾਂ ਜ਼ਮੀਨ ਮੇਰੇ ਹਿੱਸੇ ਦੀ, ਚਾਹੇ ਗਹਿਣੇ ਧਰੋ ਚਾਹੇ ਵਿੱਚੋਂ, ਮੈਂ ਤਾਂ ਟਰੱਕ ਲੈਣੇ ਲੈਣੇ ਜੀ। ਚਲੋ ਉਹਨਾਂ ਨੇ ਕਿਵੇਂ ਨਾ ਕਿਵੇਂ ਪੈਸੇ ਅਰੇਂਜ ਕੀਤੇ, ਅਤੇ ਟਰੱਕ ਦੇ ਵਿੱਚ ਫਿਰ ਉਰੇ 25 ਪੈਸੇ ਹਿੱਸੇ 'ਚ ਟਰੱਕ ਲੈ ਲਿਆ। ਵਾਹ ਜੀ, ਅਤੇ ਉਹਨਾਂ ਟਾਈਮਾਂ ਦੇ ਵਿੱਚ ਨਾ ਜੀ ਟਰੱਕ ਦਾ ਸਟੇਟਸ ਡਿਫਰੈਂਟ ਅੱਜ ਵਾਲਾ ਨਹੀਂ ਸੀ, ਉਦੋਂ ਚੰਗਾ ਮੰਨਿਆ ਜਾਂਦਾ ਸੀ, ਚੰਗਾ ਮੰਨਿਆ ਜਾਂਦਾ, ਜਿਵੇਂ ਅੱਜ ਇਹ ਕਿੱਤਾ ਬਦਨਾਮ ਹੋ ਗਿਆ। ਹਾਂਜੀ ਹਾਂਜੀ, ਉੱਥੇ ਟਰੱਕ ਚਲਾਉਣਾ ਬਹੁਤ ਵਧੀਆ ਕਿੱਤਾ ਮੰਨਿਆ ਜਾਂਦਾ, ਬਹੁਤ ਵਧੀਆ ਅਰਨਿੰਗ ਹੈਗੀ ਆ ਉਹਦੇ 'ਚ। ਤੁਹਾਡੀ ਗੱਲ ਬਿਲਕੁਲ ਠੀਕ ਆ। ਚਲੋ ਖੈਰ, ਤੁਸੀਂ ਅੱਜ ਤੁਸੀਂ ਕਿਸੇ ਬੱਚੇ ਨੂੰ ਕਹੋ ਨਾ ਤੂੰ ਟਰੱਕ ਪਾ ਲਾ, ਹਾਂਜੀ, ਜਾਂ ਕਿਸੇ ਨੂੰ ਵੀ ਤੂੰ ਟਰਾਂਸਪੋਰਟ ਖੋਲਣਾ ਤਾਂ ਉਹ ਕਹੂਗਾ ਨਹੀਂ ਮੈਂ ਨਹੀਂ। ਇੱਥੇ ਪੰਜਾਬ ਦੀ ਗੱਲ ਹੈ, ਪੰਜਾਬ ਦੀ। ਅੱਛਾ, ਕਿਉਂਕਿ ਇਹ ਟਰਾਂਸਪੋਰਟ ਦਾ ਕੰਮ ਨਾ ਅੱਜ ਦੇ ਵਿੱਚ ਸਕਸੈਸ ਰੇਸ਼ੋ ਮਤਲਬ ਵੱਡੀ ਟਰਾਂਸਪੋਰਟ ਹੈ, ਹਾਂਜੀ, ਉਹ ਡਿਫਰੈਂਟ ਗੱਲ ਹੈ। ਹਾਂਜੀ, ਹੁਣ ਇੱਕ ਦੋ ਟਰੱਕ ਵਾਲੇ ਦਾ ਨਹੀਂ ਸਰ ਗੁਜ਼ਾਰਾ ਹੁੰਦਾ। ਹਾਂਜੀ, ਫਿਰ ਦੱਸੋ, ਫਿਰ ਉਹਨਾਂ ਨੇ ਫਿਰ 25 ਪੈਸੇ ਹਿੱਸਾ ਪਾ ਲਿਆ? ਹਾਂ, ਉਹ ਹਿੱਸਾ ਪਾ ਲਿਆ, ਫਿਰ ਉਹਨਾਂ ਨੇ ਹੌਲੀ ਹੌਲੀ ਮਿਹਨਤ ਕੀਤੀ, 1-2 ਟਰੱਕ 3 ਟਰੱਕ ਕਰ ਲਏ, ਫਿਰ ਉਹਨਾਂ ਨੂੰ ਵੀ ਲੱਗਣ ਲੱਗ ਗਿਆ ਵੀ ਯਾਰ ਮੁੰਡਾ ਤਾਂ ਵਧੀਆ ਕੰਮ ਤੇ ਪੈ ਗਿਆ। ਬਹੁਤ ਅੱਛੇ, ਤੇ ਫਿਰ ਉਹਨਾਂ ਨੇ ਵੀ ਸਪੋਰਟ ਕੀਤੀ, ਫਿਰ ਚਾਚਾ ਮੇਰੇ ਚਾਚਾ ਜੀ ਤਾਇਆ ਜੀ ਉਹ ਵੀ ਨਾਲ ਸਪੋਰਟ ਕਰਨ ਲੱਗ ਗਏ, ਫਿਰ ਉਹਨਾਂ ਟਾਈਮਾਂ ਦੇ ਵਿੱਚ 5 ਟਰੱਕ ਫਿਰ ਅਸੀਂ ਭਾਂਡੀਗੜ੍ਹ ਤੋਂ ਸ਼ਿਫਟ ਹੋ ਕੇ ਸੰਗਰੂਰ ਆ ਗਏ ਜੀ, ਤੇ ਉਦੋਂ ਸਾਨੂੰ ਮੇਰਾ ਬਰਥ ਉਰੇ ਆ ਕੇ ਹੋਇਆ, 3-4 ਸਾਲ ਦਾ ਸੀਗਾ ਮੈਂ ਜੀ। ਫਿਰ ਉਰੇ ਟਰੱਕ ਦੇ ਨਾਲ ਚੱਲਦੇ ਚੱਲਦੇ ਰਹੇ, ਤੇ ਉਰੇ ਟਰੱਕ ਵੇਚਦੇ ਚਾਚਾ ਜੀ ਤੇ ਤਾਏ ਸਾਡੇ ਬਾਹਰ ਚਲੇ ਗਏ ਜੀ, ਅਮਰੀਕਾ ਚਲੇ ਗਏ, ਉਹ ਅਮਰੀਕਾ ਚਲੇ ਗਏ, ਤੇ ਉਹ ਫਿਰ ਵੰਡ ਵੰਡਾਈ ਹੋ ਗਈ।
ਠੀਕ ਹੈ ਤੇ ਜਿਹੜਾ ਪਾਪਾ ਜੀ ਸਾਡੇ ਕੋਲੇ ਸਾਡੇ ਫਾਦਰ ਸਾਹਿਬ ਕੋਲ ਜਿਹੜਾ ਟਰੱਕ ਬਚਿਆ ਉਹ ਟਰੱਕ ਜਾਂ ਇੱਕ ਦੋ ਜੋ ਵੀ ਸੀਗੇ ਹਿੱਸੇ ਬਹਿੰਦੇ ਆਏ ਨਾ ਹਾਂਜੀ ਉਹ ਵੇਚ ਕੇ ਹਾਂਜੀ ਜ਼ਮੀਨ ਲੈ ਗਈ ਵਾਹ ਜੀ ਵਾਹ ਤੋ ਜਿਹੜੇ ਟਰੱਕ ਸੀ ਕਿਉਂਕਿ ਚਾਚਾ ਜੀ ਤੇ ਤਾਏ ਚਲੇ ਗਏ ਤੁਹਾਡੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਵਿਚਾਲੇ ਸੀ ਹਨਾ ਵਿਚਾਲੜੇ ਬ੍ਰਦਰ ਸੀ ਤਾਂ ਉਹਨਾਂ ਨੇ ਫਿਰ ਇੱਥੇ ਸੰਗਰੂਰ 'ਚ ਜ਼ਮੀਨ ਲਈ ਹਾਂ ਫਾਦਰ ਸਾਹਿਬ ਨੇ ਫਿਰ ਆਹ ਜ਼ਮੀਨ ਖਰੀਦੀ ਜੀ 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 ਇੱਥੋਂ ਜ਼ਮੀਨ ਤੋਂ ਸਾਡੇ ਉਰੇ ਨਾਲ ਪੋਲਟਰੀ ਫਾਰਮ ਸੀਗਾ ਉਹਨਾਂ ਚੰਗਾ ਰਿਲੇਸ਼ਨ ਸੀ ਦੋਸਤ ਸੀ ਉਹਨਾਂ ਨੇ ਵੀ ਗਾਈਡ ਕੀਤਾ ਤੇ ਉਹ ਅਸੀਂ ਫਿਰ ਪੋਲਟਰੀ ਫਾਰਮ ਦੇ ਵਿੱਚ ਫਾਦਰ ਸਾਹਿਬ ਨੇ ਬਿਲਕੁਲ ਬਾਅਦ ਟਰੱਕ ਸੱਸ ਛੱਡਤੇ ਜੀ ਤੇ ਪੋਲਟਰੀ ਬਿਜ਼ਨਸ ਚ ਆ ਗਏ ਮੈਂ ਇਸੇ ਗੱਲ ਤੇ ਹੀ ਆ ਰਿਹਾ ਸੀਗਾ ਕਿ ਟਰੱਕਾਂ ਦੇ ਬਿਜ਼ਨਸ ਤੋਂ ਪੋਲਟਰੀ ਫਾਰਮ ਦੇ ਬਿਜ਼ਨਸ ਵੱਲ ਤੁਹਾਡੇ ਫਾਦਰ ਸਾਹਿਬ ਦੇ ਲਈ ਤੁਸੀਂ ਆ ਗਏ ਹਾਂ ਫਾਦਰ ਸਾਹਿਬ ਨਾ ਮਤਲਬ ਕਿ ਕਹਿੰਦੇ ਹੁੰਦੇ ਸੀ ਉਦੋਂ ਹਾਂਜੀ ਵੀ ਮੈਂ ਬੱਚਿਆਂ ਨੂੰ ਇਹ ਲਾਈਨ ਦੇ ਵਿੱਚ ਨਸ਼ਾ ਜੀ ਬੱਚਿਆਂ ਨੂੰ ਇਸ ਲਾਈਨ ਚ ਨਹੀਂ ਪਾਉਣਾ ਜੀ 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 ਵੀ ਮੈਂ ਵੀ ਹੋਰ ਹਾਂ ਟਰੱਕ ਡਰਾਈਵਰਾਂ ਚ ਹੈ ਉਹ ਫਿਰ ਜਦੋਂ ਆਪਾਂ এনवायरमेंट ਦੇ ਖੱਬੇ ਸੱਜੇ ਬਿਜ਼ਨਸ ਦੇਖਦੇ ਆ ਜੀ ਵੀ ਕਿਹੜਾ ਬਿਜ਼ਨਸ ਹੈ ਤਾਂ ਸਾਡੇ ਨਾਲ ਉਰੇ ਪੋਲਟਰੀ ਫਾਰਮ ਹੁੰਦਾ ਸੀਗਾ ਅੱਛਾ ਜੀ ਸਿੰਧੀਆ ਪੋਲਟਰੀ ਫਾਰਮ ਉਹਨੂੰ ਕਾਫੀ ਵੱਡਾ ਇਹਨਾਂ ਦਾ ਨਾਮ ਸੀਗਾ ਨਾਮ ਸੀ 16-17000 ਬਾਰਡ ਮਤਲਬ ਇਹਨਾਂ ਦਾ 17-75 ਦੇ ਵਿੱਚ ਉਦੋਂ ਸੀਗਾ ਇਹਨਾਂ ਠੀਕ ਹੈ ਤੇ ਉਦੋਂ ਫਿਰ ਅਸੀਂ 1500 ਬਾਰਡ ਤੋਂ ਫਾਰਮ ਸ਼ੁਰੂ ਕੀਤਾ 1500 ਤੋਂ ਹਾਂਜੀ 80-81 ਦੀ ਗੱਲ ਹੈ ਅੱਛਾ 80-81 ਤੋਂ ਜਿਹੜਾ ਪਹਿਲਾਂ ਤੁਸੀਂ ਪੋਲਟਰੀ ਫਾਰਮ ਦਾ ਬਿਜ਼ਨਸ ਸ਼ੁਰੂ ਕੀਤਾ ਉਹ 1500 ਬਾਰਡ ਤੋਂ ਹਾਂਜੀ 1500 ਠੀਕ ਹੈ ਜੀ ਤੇ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਜੀ ਉਹ ਹਰ ਸਾਲ ਅਸੀਂ ਵਧਾਉਂਦੇ ਡਬਲ ਹੁੰਦਾ ਗਿਆ ਜੀ 3000 ਕਰ ਲਿਆ 3 ਤੋਂ ਫਿਰ 8 ਕਰ ਲਿਆ 8 ਤੋਂ 15 ਕਰ ਲਿਆ 25 ਕਰ ਲਿਆ ਜੀ ਵੀ ਉਹ ਵਾਧਾ ਵਾਧਾ ਜੀ ਇੱਕ 96 ਦੇ ਵਿੱਚ ਮਤਲਬ ਸਾਨੂੰ ਲੱਗ ਗਏ ਉਹਨੂੰ 15-16 ਸਾਲ ਤੇ 1,00,000 ਬਾਰਡ ਦਾ ਫਾਰਮ ਵਾਹ 15-16 ਸਾਲ ਦੇ ਵਿੱਚ ਤੁਸੀਂ 1500 ਬਰਡ ਤੋਂ 1,00,000 ਬਰਡ ਤੱਕ ਲੈ ਲੱਖ ਬਰਡ ਦਾ ਫਾਰਮ ਹਾਂਜੀ ਹਾਂਜੀ ਤੇ ਉਹਦੇ ਵਿੱਚ ਜੀ ਚਲੋ ਅਸੀਂ ਵੀ ਨਾਲ ਨਾਲ ਪੜ੍ਹਦੇ ਗਏ ਤੇ ਫਾਦਰ ਸਾਹਿਬ ਨਾਲ 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 ਹੈਲਪ ਕਰਦੇ ਫਿਰ ਤੁਸੀਂ ਕਿੰਨਾ ਕੁ ਪੜ੍ਹੇ ਮੈਂ ਜੀ ਐਮਏ ਪੋਲੀਟੀਕਲ ਸਾਇੰਸ ਰਮਨੀ ਕਾਲਜ ਤੋਂ ਕੀਤੀ ਵਾਹ ਜੀ ਮਾਸਟਰ ਡਿਗਰੀ ਲੈ ਜੀ ਵਾਹ ਜੀ ਵਾਹ ਜੀ ਤੇ ਮੇਰਾ ਵੱਡਾ ਬ੍ਰਦਰ ਇੰਜੀਨੀਅਰਿੰਗ ਕਰਕੇ ਉਹ ਸੌਫਟਵੇਅਰ ਇੰਜੀਨੀਅਰ ਅਮਰੀਕਾ ਸੈਟਲ ਹੈ ਅੱਛਾ ਜੀ ਛੋਟਾ ਬ੍ਰਦਰ ਸੀਗਾ ਉਹ ਵੀ ਅਮਰੀਕਾ ਟਰਕਿੰਗ ਦਾ ਕੰਮ ਕਰਦਾ ਅੱਛਾ ਜੀ ਅਮਰੀਕਾ ਟਰਕਿੰਗ ਬਹੁਤ ਅੱਛੇ ਜੀ ਤੇ ਹੋਰ ਗੋਗੀ ਸਾਹਿਬ ਤੁਹਾਨੂੰ ਮੈਂ ਇੱਕ ਹੋਰ ਕੁਐਸਚਨ ਪੁੱਛਣਾ ਸੀਗਾ ਕਿ ਜਿਹੜਾ ਪੋਲਟਰੀ ਫਾਰਮ ਹੁਣ 1,00,000 ਬਰਡ ਤੱਕ ਪਹੁੰਚ ਗਿਆ ਤੁਹਾਡਾ ਹੁਣ 1,00,000 ਬਰਡ ਹੀ ਹੈ ਜਾਂ ਵੱਧ ਘੱਟ ਨਹੀਂ ਮੈਂ ਨਾ ਦੇਖੋ ਬਰਡ ਫਾਰਮ ਨੂੰ ਮੈਂ 2,00,000 ਵੀ ਕਰ ਸਕਦਾ ਸੀ 3,00,000 ਵੀ ਕਰ ਸਕਦਾ ਸੀ ਜੀ ਇੱਕ ਵਾਰ ਨਾ ਵਿੱਚ ਦੀ ਬਰਡ ਫਲੂ ਆਇਆ ਹਾਂਜੀ ਹਾਂ ਬਰਡ ਫਲੂ ਆਇਆ ਨਾ ਮੈਨੂੰ ਉਦੋਂ ਲੱਗਿਆ ਵੀ ਜਿਹੜਾ ਕੰਪੀਟੀਸ਼ਨ ਚਲੋ ਕੰਪੀਟੀਟਰ ਫਾਰਮ ਅਸੀਂ ਲਾਉਂਦੇ ਹਾਂ ਕਰਦੇ ਹਾਂ ਉਹ ਚ ਘੱਟੇ ਵਾਧੇ ਚੱਲਦੇ ਰਹਿੰਦੇ ਆ ਚੱਲਦੇ ਰਹਿੰਦੇ ਪਰ ਉਦੋਂ ਐਂ ਲੱਗਿਆ ਵੀ ਜੇ ਬਰਡ ਫਲੂ ਆ ਗਿਆ ਤਾਂ ਵੀ ਆਪਣੀ ਤਾਂ ਕਲੈਪਸ ਹੋ ਗਈ ਕਲੈਪਸ ਹੋ ਗਈ ਬਿਲਕੁਲ ਵੀ ਤੁਸੀਂ ਆਂਡਿਆਂ ਲਈ ਵੀ ਟ੍ਰੇ ਬਣਾਉਂਦੇ ਹੋ ਤਾਂ ਇਹਦਾ ਮਤਲਬ ਆਂਡਿਆਂ ਲਈ ਟ੍ਰੇ ਤੇ ਐਪਲ ਲਈ ਟ੍ਰੇ ਮਟੀਰੀਅਲ ਇਕੋ ਹੀ ਵਰਤਦੇ ਹੋ ਇਕੋ ਹੀ ਆ ਬਸ ਬਹੁਤ ਦਾ ਵੱਡਾ ਹੋ ਜਾਏ ਉਹਦੇ ਹਾਂ ਡਿਜ਼ਾਈਨ ਅੱਛਾ ਉਹਦੇ ਲਈ ਫਿਰ ਤੁਸੀਂ ਸੈਪਰੇਟ ਕਿਵੇਂ ਮਤਲਬ ਕੀਤਾ ਤੁਸੀਂ ਕਿੰਨੇ ਕੁ ਪੂੰਜੀ ਲਾਈ ਕਿੰਨਾ ਕੁ ਮਤਲਬ ਉਹ ਚੱਲਿਆ ਪੂੰਜੀ ਤਾਂ ਉਦੋਂ ਚਲੋ ਜੋ ਵੀ ਸੀਗੀ ਅਸੀਂ ਉਹਨੂੰ ਛੋਟੇ ਵੱਡੇ ਕੰਮ ਵੱਡੇ ਤੋਂ ਵੀ ਸਟਾਰਟ ਕਰ ਸਕਦੇ ਹਾਂ ਛੋਟਾ ਵੀ ਕਰ ਸਕਦੇ ਹਾਂ ਜੀ ਬਿਲਕੁਲ ਤਾਂ ਉਦੋਂ ਅਸੀਂ ਕੰਮ ਸ਼ੁਰੂ ਕੀਤਾ 4-3 ਕਿੱਲੇ ਜ਼ਮੀਨ ਲੈ ਜੀ 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 ਪਾਰਟਨਰ ਸੀਗੇ ਅਸੀਂ ਜੀ ਤੇ ਉਹ ਸਾਨੂੰ ਮਤਲਬ ਕੰਮ ਮੈਂ ਇੱਕ ਚੀਜ਼ ਦੇਖਿਆ ਜੀ ਵੀ ਕੰਮ ਕੋਈ ਵੀ ਫੇਲ ਨਹੀਂ ਹੈ ਹਾਂਜੀ ਫੇਲ ਪਾਸ ਬੰਦਾ ਜੀ ਕੰਮ ਕੋਈ ਵੀ ਫੇਲ ਨਹੀਂ ਤੁਸੀਂ ਇੱਕ ਵੀ ਕੰਮ ਨੂੰ ਦੱਸੋ ਵੀ ਆਹ ਫੇਲ ਆ ਉਸੇ ਵਿੱਚ ਪਾਸ ਬੰਦੇ ਤੁਸੀਂ ਦੇਖੋਗੇ ਉਹ ਹਾਂ ਉਹ ਸਫਲਤਾ ਨਾਲ ਕੰਮ ਕਰੀ ਜਾ ਰਹੇ ਹੈ ਤੇ ਕੰਮ ਹੋ ਗਿਆ ਹਾਂਜੀ ਐਸਾ ਵੀ ਕੋਈ ਕੰਮ ਨਹੀਂ ਜਿਹੜਾ ਪਾਸ ਹੀ ਪਾਸ ਆ ਉਹਦੇ ਵਿੱਚ ਫੇਲ ਵੀ ਨਜ਼ਰ ਉਹਦੇ ਵਿੱਚ ਫੇਲ ਵੀ ਨਜ਼ਰ ਕਿਉਂਕਿ ਫੇਲ ਪਾਸ ਦਾ ਬੰਦਾ ਹੈ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਇਹ ਤੇ ਅਸੀਂ ਚਲੋ ਜੀ ਇੰਡਸਟਰੀ ਚਲੇ ਗਏ ਉਦੋਂ ਟ੍ਰੇਨ ਇੰਡਸਟਰੀ ਜਦੋਂ ਕੋਈ ਵੀ ਕੰਮ ਆ ਜਿਸ ਕੰਮ ਦੇ ਵਿੱਚ ਤੁਹਾਨੂੰ ਪ੍ਰੋਫਿਟ ਲੱਗਦਾ ਹੋਵੇ ਤਾਂ ਉਹਦੇ 'ਚ ਬੂਮ ਆਉਂਦਾ ਹੈ ਹਾਂਜੀ ਬਿਲਕੁਲ ਮਤਲਬ ਜਦੋਂ ਬੂਮ ਆ ਜਾਂਦਾ ਤਾਂ ਲੌਸ ਪੈਂਦਾ ਲੌਸ ਪ੍ਰੋਫਿਟ ਦੀ ਬਾਂਹ ਫੜਾਉਂਦਾ ਹੈ ਜਿਹੜਾ ਬੰਦਾ ਕੁਆਲਿਟੀ ਅਤੇ ਉਹਦੇ 'ਚ ਖੜਾ ਰਹਿੰਦਾ ਤਾਂ ਉਹ ਸਰਵਾਈਵ ਕਰਦਾ ਸਰਵਾਈਵ ਹਾਲਾਂਕਿ ਪੋਲਟਰੀ ਲਾਈਨ ਵੀ ਬਹੁਤ ਵਧੀਆ ਰਹੀ
ਪੋਲਟਰੀ ਸਭ ਕੁਛ ਦਿੱਤਾ ਤੇ ਮੈਂ ਈਵਨ ਜੇ ਮੈਂ ਪੋਲਟਰੀ ਵਿੱਚ ਵੀ ਰਹਿੰਦੇ ਨਾ ਤਾਂ ਮੇ ਵੀ ਇਥੋਂ ਬੈਟਰ ਹੀ ਹੁੰਦੇ ਹਾਂਜੀ ਮਤਲਬ ਪੋਲਟਰੀ ਵੀ ਨੋ ਡਾਊਟ ਪੋਲਟਰੀ ਚ ਲੋਕ ਫੇਲ ਵੀ ਬਹੁਤ ਹੁੰਦੇ ਤਾਂ ਇਹ ਹੈਗਾ ਕਿ ਉਹਦੇ ਨਾਲ ਹੀ ਰਿਲੇਟਡ ਡਾਈਵਰਸਿਫਾਈਡ ਬਿਜ਼ਨਸ ਤੁਸੀਂ ਚਲਾ ਲਿਆ ਪਰ ਇੱਕ ਗੱਲ ਹੋਰ ਦੱਸੋ ਆਪਣਾ ਗੋਪੀ ਗਰੇਵਾਲ ਜੀ ਜਦੋਂ ਮੈਂ ਘਰ ਚ ਵੜ ਰਿਹਾ ਸੀਗਾ ਤਾਂ ਸਾਹਮਣੇ ਮੈਨੂੰ ਰਾਈਟ ਸਾਈਡ ਦੇ ਉੱਤੇ ਇੱਕ ਕੰਡਾ ਦਿਸਿਆ ਹਾਂਜੀ ਹਾਂ ਉਹਦੇ ਬਾਰੇ ਕੁਛ ਹੈ ਪਤਾ ਹਾਂਜੀ ਜੀ ਕੰਡਾ ਨਾ ਉਰੇ ਨਾ ਜਦੋਂ ਇਹ 94 ਦੀ ਗੱਲ ਹੈ ਹਾਂਜੀ ਸਾਡੇ ਇੱਕ ਮਿੱਤਰ ਸੀਗੇ ਫਾਦਰ ਸਾਹਿਬ ਦੇ ਮਿੱਤਰ ਸੀਗੇ ਜੀ ਤੇ ਉਹਨਾਂ ਦੀ ਸੀਮਿੰਟ ਦੀ ਸ਼ਾਪ ਸੀਗੀ ਅੱਛਾ ਜੀ ਉਹ ਉਹਦੇ ਫਾਦਰ ਸਾਹਿਬ ਕੋਲ ਆ ਜਾਂਦੇ ਸੀ ਉਹ ਕਹਿੰਦੇ ਗਰੇਵਾਲ ਸਾਹਿਬ ਤੁਹਾਡੀ ਬੜੀ ਮੌਕੇ ਦੀ ਜਗ੍ਹਾ ਹੈ ਹਾਂਜੀ ਵੀ ਕੰਡਾ ਲਾਓ ਇੱਥੇ ਅੱਛਾ ਜੀ ਕਿਉਂਕਿ ਮੇਨ ਰੋਡ ਤੇ ਹੈ ਇਹ ਰੋਡ ਕਿਹੜੀ ਹੈ ਜੀ ਤੁਹਾਡੇ ਘਰ ਦੇ ਸਾਹਮਣੇ ਇਹ ਜੀ ਇਹਨ ਪਾਤੜਾ ਰੋਡ ਹੈ ਪਾਤੜਾ ਰੋਡ ਠੀਕ ਹੈ ਜੀ ਠੀਕ ਤੇ ਉਹ ਸਾਡੇ ਫਾਦਰ ਸਾਹਿਬ ਨੂੰ ਇਹਦੀ ਗੱਲ ਲੱਗੀ ਕਲਿੱਕ ਕਰ ਗਈ ਜੀ ਠੀਕ ਹੈ ਇਹ ਗੱਲ ਜੀ ਤੇ ਉਦੋਂ ਅਸੀਂ ਫਿਰ ਇਹ ਕੰਡਾ ਲਾਇਆ ਕੰਪਿਊਟਰ ਨੇ ਆਪਦੀ ਆਪ ਹੀ ਸੱਚੋ ਸੱਚ ਦੱਸ ਕੰਪਿਊਟਰ ਬਹੁਤ ਵਧੀਆ ਗੱਲ ਜੀ ਬਹੁਤ ਵਧੀਆ ਗੱਲ ਹੈ ਤੇ ਬਹੁਤ ਸੋਹਣਾ ਤੁਹਾਡੇ ਨਾਲ ਮਤਲਬ ਇਹ ਇਸ ਚੀਜ਼ ਦੇ ਉੱਤੋਂ ਜਿਹੜੀ ਆਪਣੀ ਨਵੀਂ ਪਨੀਰੀ ਆ ਉਹ ਕੁਛ ਸਿੱਖੂਗੀ ਕਿ ਕਿਸ ਤਰ੍ਹਾਂ ਪਰ ਹੁਣ ਇੱਕ ਸੰਖੇਪ ਦੇ ਵਿੱਚ ਮੈਨੂੰ ਦੱਸੋ ਜੇ ਕਿਸੇ ਨੇ ਹੁਣ ਕੋਈ ਪੋਲਟਰੀ ਫਾਰਮ ਮੁਰਗੀ ਖਾਨੇ ਦਾ ਕੋਈ ਬਿਜ਼ਨਸ ਕਰਨਾ ਹੋਵੇ ਤਾਂ ਕਿੰਨੀ ਕੁ ਪੂੰਜੀ ਤੇ ਕਿੰਨਾ ਘੱਟੋ ਘੱਟ ਜਗ੍ਹਾ ਦੀ ਜ਼ਰੂਰਤ ਹੈ ਇੱਕ ਤਾਂ ਭਾਈ ਜੀ ਮੈਂ ਤੁਹਾਨੂੰ ਨਾ ਇਹ ਦੱਸਣਾ ਚਾਹੁੰਦਾ ਵੀ ਬਿਜ਼ਨਸ ਕਦੇ ਵੀ ਮਤਲਬ ਐਂ ਨਹੀਂ ਹੁੰਦਾ ਵੀ ਇਹਦਾ ਟਾਈਮ ਹੈ ਜਦੋਂ ਵੀ ਕਰ ਲਓ ਹਾਂਜੀ ਉਹ ਟਾਈਮ ਵਧੀਆ ਹਾਂਜੀ ਠੀਕ ਹੈ ਵੀ ਕਈ ਵਾਰ ਨਾ ਅਸੀਂ ਇਹ ਕਹਿੰਦੇ ਹਾਂ ਜਦੋਂ ਮੈਂ ਸ਼ੁਰੂ ਕੀਤਾ ਸੀ ਉਦੋਂ ਬਿਜ਼ਨਸ ਪ੍ਰੋਫਿਟ ਬਹੁਤ ਸੀ ਜੀ ਵੀ ਹੁਣ ਤਾਂ ਇਹ ਕੰਮ ਕੁਛ ਨਹੀਂ ਰਿਹਾ ਐਸੀ ਕੋਈ ਗੱਲ ਕਦੋਂ ਜਦੋਂ ਅਸੀਂ ਆਏ ਹਾਂਜੀ ਸਾਨੂੰ ਵੀ ਇਹ ਛੱਪ ਸੁਣਨ ਨੂੰ ਮਿਲੇ ਸੀ ਜੀ ਸਾਲਾਂ ਬਾਅਦ ਸਾਡੇ ਕੋਲ ਆਇਆ ਅਸੀਂ ਵੀ ਉਹਨੂੰ ਇਹ ਗੱਲ ਦਿਮਾਗ ਚ ਆਉਂਦੀ ਸੀ ਯਾਰ ਤੁਸੀਂ ਲੇਟ ਹੋ ਪਰ ਮੈਂ ਮਤਲਬ ਮੈਂ ਨੀ ਕਿਹਾ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਕਿ ਲੇਟ ਕਦੇ ਨਹੀਂ ਲੇਟ ਕਦੇ ਨਹੀਂ ਹੁੰਦਾ ਲੇਟ ਕੁਛ ਨਹੀਂ ਹੈਗਾ ਜੀ ਵੀ ਜਦੋਂ ਵੀ ਸਟਾਰਟ ਕਰ ਲਓਗੇ ਵਧੀਆ ਸ਼ੁਰੂਆਤ ਹੈ ਪਰ ਹਾਂ ਤੁਹਾਡਾ ਜਿਹੜਾ ਕੰਮ ਤੇ ਤੁਹਾਡੀ ਕਨਸੈਂਟ੍ਰੇਸ਼ਨ ਜਿਹੜੀ ਆ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਬਿਲਕੁਲ ਵੀ ਲੇਟ ਕਦੇ ਨਹੀਂ ਹੁੰਦਾ ਅੱਛਾ ਜੀ ਤਾਂ ਮੰਨ ਲਓ ਕਿ ਮੈਂ ਇੱਕ ਥੋੜਾ ਜਿਹਾ ਹੋਰ ਸੰਖੇਪ ਦੇ ਵਿੱਚ ਮੈਨੂੰ ਦੱਸੋ ਮੰਨ ਲਓ ਕਿ ਮੈਂ 1500 ਬਰਡ ਦਾ ਸ਼ੁਰੂ ਕਰਨਾ ਚਾਹੁੰਦਾ ਬਿਜ਼ਨਸ ਉਹਦੇ ਲਈ ਮੈਨੂੰ ਕਿੰਨੀ ਜਗ੍ਹਾ ਦੀ ਜ਼ਰੂਰਤ ਹੈ ਲਗਭਗ ਹਾਂਜੀ ਉਹਦੇ ਕੈਲੀਫੋਰਨੀਆ ਫਾਰਮ ਕਹਿ ਦਿੰਦੇ ਓਹਦੇ ਵਿਚ ਤੁਹਾਡਾ 800 ਰੁਪਏ ਪਰ ਬਰਡ ਦਾ ਖਰਚਾ ਪ੍ਰੋਡਕਸ਼ਨ ਤੱਕ ਆਉਂਦਾ ਠੀਕ ਹੈ ਪ੍ਰੋਡਕਸ਼ਨ ਤੱਕ ਜੇ ਨਵੇਂ ਚੂਚੇ ਲਿਆ ਕੇ ਅਸੀਂ ਸ਼ੁਰੂ ਕਰੀਏ ਪ੍ਰੋਡਕਸ਼ਨ ਤੱਕ ਇੰਨਾ ਖਰਚਾ ਹਾਂ ਬਿਲਕੁਲ 800 ਤੋਂ ਹੁਣ ਤਾਂ ਤੇਜ਼ੀ ਆ ਗਈ ਹੋ ਸਕਦਾ ਹੋਰ ਸੋ ਹਾਂ ਜੀ ਹਾਂ ਚਲੋ ਪਰ ਜਿਹੜਾ ਦੱਸਣਾ ਅਨੁਮਾਨ ਬਸ ਜਿਹੜਾ ਈਸੀ ਫਾਰਮ ਹੈ এনवायरमेंट ਕੰਟਰੋਲ ਫਾਰਮ এনवायरमेंट ਕੰਟਰੋਲ ਫਾਰਮ ਈਸੀ ਫਾਰਮ ਹਾਂਜੀ ਉਹ ਉਹਦੇ ਤੇ ਤਾਂ ਜੀ ਮਤਲਬ ਜਿਹੜੀ ਹੁਣ ਬਾਹਰਲੀਆਂ ਕੰਪਨੀਆਂ ਆਉਂਦੀਆਂ ਨੇ ਕੁਛ ਉਰੇ ਵੀ ਲਾਉਣ ਲੱਗ ਗਈਆਂ ਉਹਨੇ 1100-1200 ਰੁਪਇਆ ਪਰ ਬਰਡ ਦਾ ਖਰਚਾ ਉਹਦੇ ਤੇ ਪੈਂਦਾ ਉਹਦੇ ਤੇ ਪੈਂਦਾ ਠੀਕ ਹੈ 1100-1200 ਚਲੋ ਜਗ੍ਹਾ ਤੁਸੀਂ ਉਸ ਹਿਸਾਬ ਨਾਲ ਲੈਣੀ ਜੀ ਜੇ ਤੁਸੀਂ 50 ਦਾ ਲਾਇਆ ਤਾਂ 50 ਜੋਗੀ ਜਗ੍ਹਾ ਲੈ ਲਈ ਮਤਲਬ ਤੁਸੀਂ 1.5 ਕਿੱਲਾ ਲੈ ਲਿਆ ਤੇ 50 ਦਾ ਫਾਰਮ ਲਾਤਾ ਠੀਕ ਹੈ ਤੇ ਕੱਲ ਨੂੰ ਤੁਸੀਂ ਉਹਨੂੰ ਵਧਾਉਣਾ ਚਾਹੁੰਦੇ ਹੋ ਦੇਖੋ ਚਾਹੇ ਫਿਰ ਤੁਸੀਂ ਫਾਰਮ ਸਟਾਰਟ ਕਰਨਾ ਤੇ 50 ਦਾ ਕਰ ਲਓ ਜੀ ਲੱਖ ਦਾ ਕਰ ਲਓ ਜੀ ਜਿਵੇਂ ਜਿਵੇਂ ਤੁਹਾਨੂੰ ਲੱਗਦਾ ਵੀ ਤੁਹਾਨੂੰ ਹਿਸਾਬ ਆਉਂਦਾ ਵਧਾਈ ਚੰਗਾ ਬਹੁਤ ਵਧੀਆ ਜੀ ਤੁਸੀਂ ਜਾਣਕਾਰੀ ਦਿੱਤੀ ਆਪਣਾ ਗੋਪੀ ਗਰੇਵਾਲ ਜੀ
कोई होर बिजनेस भी है तुहाडा? देखो एक तां धर्म कंडे दा हो गया, पोल्ट्री फार्म हो गया, एक जमीन है उहदा कारोबार तां हुंदा ही है, किसानी दा तुहाडा घर भी बहुत माशाअल्लाह बहुत ही सोहणा घर है तुहाडा, ते कोई होर भी किसे पासे है जां आपां ਜਦੋਂ ਨਾ ਜੀ ਮੈਂ ਦੱਸਾਂ ਵੀ ਕਾਰੋਬਾਰ ਤਾਂ ਅਸੀਂ ਇੱਕ ਫਰੈਂਡ ਸਰਕਲ ਸਾਡਾ ਹਾਂਜੀ ਅਸੀਂ ਬੈਠੇ ਸੀ ਐਂ ਕਰਕੇ ਅਸੀਂ ਸ਼ਹਿਰ ਦੇ ਵਿੱਚ ਇੱਕ ਹੋਟਲ ਸਟਾਰਟ ਕਰ ਲਿਆ ਸੀਗਾ। ਅੱਛਾ ਜੀ। ਪਾਰਟਨਰਸ਼ਿਪ 'ਚ ਸੀ। ਠੀਕ ਹੈ ਜੀ, ਠੀਕ ਹੈ। ਤੇ ਮੋਤੀ ਮਹਿਲ ਦੇ ਨਾਲ। ਮੋਤੀ ਮਹਿਲ ਦੇ ਨਾਲ। ਤੇ ਉਹਦੇ ਵਿੱਚ ਕੀ ਕੁਛ? ਉਹ ਜੀ ਮੋਤੀ ਮਹਿਲ ਇੱਕ ਚੇਨ ਹੈਗੀ ਆ। ਅੱਛਾ। ਉਹ ਸੰਗਰੂਰ 'ਚ ਹੀ ਹੈ ਜੀ? ਸੰਗਰੂਰ 'ਚ ਹੀ ਹੈ। ਅੱਛਾ ਜੀ। ਤੇ ਉਹਦੇ ਨਾਂ ਦੇ ਅਸੀਂ ਖੋਲਿਆ ਸੀਗਾ। ਠੀਕ ਹੈ ਜੀ। ਤੇ ਠੀਕ ਸੀ ਬਿਜ਼ਨਸ, ਉਹਦੀ ਬਿਜ਼ਨਸ ਆਈਆਂ ਵੀ ਤੁਸੀਂ ਜਿੰਨਾ ਬੈਠੋਗੇ ਜੀ ਉਹਦੇ ਤੇ। ਵਾਹ ਜੀ। ਜਦੋਂ ਤੁਸੀਂ ਦੇਖੋ ਕੁਛ ਇਹੋ ਜਿਹੇ ਬਿਜ਼ਨਸ ਨੇ ਜਿੱਥੇ ਚੋਰੀ ਜ਼ਿਆਦੇ ਆ, ਹਾਂਜੀ, ਉਹ ਸਟਾਫ ਤੇ ਛੱਡ ਕੇ ਨਹੀਂ ਗੁਜ਼ਾਰਾ ਹੁੰਦਾ ਜੀ। ਗੁਜ਼ਾਰਾ ਤੁਹਾਨੂੰ ਖੁਦ ਇਨਵੋਲਵਮੈਂਟ ਤੁਹਾਡੀ ਹੋਣੀ ਚਾਹੀਦੀ ਹੈ। ਜਿਵੇਂ ਤੁਹਾਡੇ ਮਲਟੀਪਲ ਕੰਮ ਨੇ ਤਾਂ ਉਦੋਂ ਮੈਨੂੰ ਲੱਗਦਾ ਵੀ ਉਹਨੂੰ ਸੂਟ ਨਹੀਂ ਕਰਦਾ ਕੰਮ, ਜਿਹਦਾ ਇਕੱਲਾ ਹੀ ਜਿਹਨੇ ਰੈਸਟੋਰੈਂਟ ਤੇ ਜਾਂ ਹੋਟਲ ਤੇ ਬੈਠ ਕੇ ਆਪਦਾ ਜਾਂ ਫਿਰ ਵੱਡੀ ਚੇਨ ਹੈ ਵੱਡੀ ਚੇਨ ਉਹਨਾਂ 'ਚ ਫਾਇਦਾ। ਚਲੋ ਹਾਂ, ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਗੋਗੀ ਗਰੇਵਾਲ ਜੀ। ਇੱਕ ਮੈਂ ਤੁਹਾਨੂੰ ਅਖੀਰਲਾ ਕੁਐਸਚਨ ਪੁੱਛਣਾ ਚਾਹੁੰਦਾ, ਮੈਨੂੰ ਪਤਾ ਲੱਗਿਆ ਕਿ ਤੁਹਾਡੀ ਕਲਮ ਵੀ ਕੁਛ ਲਿਖਦੀ ਹੈ, ਅੱਜ ਕੱਲ੍ਹ ਦੇ ਹਾਲਾਤ 'ਤੇ ਵੀ ਲਿਖਦੀ ਹੈ, ਪੋਲੀਟਿਕਸ 'ਤੇ ਵੀ ਲਿਖਦੀ ਹੈ, ਅਤੇ ਆਪਣੇ ਜਿਹੜਾ ਪੰਜਾਬੀ ਜਾਂ ਪੰਜਾਬੀਅਤ 'ਤੇ ਵੀ ਲਿਖਦੀ ਹੈ। ਮੈਂ ਚਾਹੂੰਗਾ ਜੀ ਤੁਸੀਂ ਆਪਣੀ ਕਲਮ ਦੇ ਨਾਲ ਲਿਖਿਆ ਕੋਈ ਦੋ ਚਾਰ ਲਫ਼ਜ਼, ਮਤਲਬ ਕਿ ਦੋ ਚਾਰ ਲਾਈਨਾਂ ਜੇ ਹੋ ਸਕੇ ਤਾਂ ਬਹੁਤ ਬਹੁਤ ਮਿਹਰਬਾਨੀ ਹੋਊਗੀ ਤੁਹਾਡੀ। ਜਿਹੜਾ ਨਾ ਜੀ, ਹਾਂਜੀ, ਥੋੜ੍ਹਾ ਬਹੁਤ ਲਿਖ ਲਈਦਾ। ਹਾਂ, ਬਹੁਤ ਚੰਗੀ ਗੱਲ ਹੈ ਜੀ। ਮੈਂ ਲਿਖਿਆ ਸੀ ਜੀ, ਹਾਂਜੀ, ਥਰ ਥਰ ਸੀ ਕੰਬਦੀ ਦੁਨੀਆ, ਰੰਗੇ ਨੇ ਅਤਸੀ ਕੀਤੀ। ਰੰਗੇ ਨੂੰ ਮਤਲਬ ਔਰੰਗਜ਼ੇਬ। ਔਰੰਗਜ਼ੇਬ, ਠੀਕ ਠੀਕ। ਥਰ ਥਰ ਸੀ ਕੰਬਦੀ ਦੁਨੀਆ, ਹਾਂਜੀ, ਰੰਗੇ ਨੇ ਅਤਸੀ ਕੀਤੀ, ਜਨੇਊ ਸੀ ਮਾਰ ਕੇ ਲਾਉਂਦਾ, ਹਾਂਜੀ, ਧਰਤੀ ਉਹਨੇ ਰੱਤ ਸੀ ਕੀਤੀ। ਵਾਹ। ਉਹਦੇ ਕੀਤੇ ਜ਼ੁਲਮਾਂ ਅੱਗੇ ਭੁੱਲ ਗਿਆ ਸੀ ਹਿੰਦੂ ਸੋਨਾ, ਹਾਂਜੀ, ਕੱਲ ਦੀ ਤਾਂ ਗੱਲ ਹੈ ਯਾਰੋ, ਤੁਹਾਨੂੰ ਤਾਂ ਯਾਦ ਹੀ ਹੋਣਾ, ਥੋੜੀ ਜੀ ਖਾਤਰ ਪਾਇਆ, ਜੰਗੀ ਫਿਰ ਚੋਲਾ ਸੀ, ਹਾਂਜੀ, ਸਾਡਾ ਕਿਹੜਾ ਰੰਗੇ ਦੇ ਨਾਲ ਵੱਟਦਾ ਕੋਈ ਰੌਲਾ ਸੀ। ਵਾਹ ਜੀ ਵਾਹ ਜੀ, ਬਹੁਤ ਅੱਛੇ, ਬਹੁਤ ਹੀ ਸੋਹਣਾ, ਨਹੀਂ ਬਹੁਤ ਹੀ ਸੋਹਣਾ ਜਿੰਨਾ ਵੀ ਤੁਸੀਂ ਸੁਣਾਇਆ, ਬਹੁਤ ਹੀ ਸੋਹਣਾ। ਤੇ ਸਾਡੀਆਂ ਦੁਆਵਾਂ ਜੀ ਤੁਹਾਡੇ ਨਾਲ, ਤੁਹਾਡਾ ਬਿਜ਼ਨਸ ਵਧੇ ਫੁੱਲੇ, ਤੇ ਤੁਸੀਂ ਲਿਖਦੇ ਰਹੋ, ਸੋਹਣਾ ਲਿਖਦੇ ਰਹੋ, ਪੰਜਾਬੀਅਤ ਨੂੰ ਸਾਨੂੰ ਦੱਸਦੇ ਰਹੋ। ਅਗਰ ਤੁਸੀਂ ਚਾਹੋ ਤਾਂ ਸਾਨੂੰ ਇਹ ਸੋਹਣੀਆਂ ਸੋਹਣੀਆਂ ਨਜ਼ਮਾਂ ਅਤੇ ਜਿਹੜੇ ਸਾਡੇ ਪ੍ਰਦੇਸ਼ ਟਾਈਮਸ ਦਾ ਅਸੀਂ ਅਖਬਾਰ ਵੀ ਕੱਢਦੇ ਹਾਂ, ਉਹਨਾਂ ਨੂੰ ਵੀ ਤੁਸੀਂ ਭੇਜ ਸਕਦੇ ਹੋ, ਅਸੀਂ ਕੁਛ ਨਸੀਬ ਹੋਵਾਂਗੇ ਜੇ ਅਸੀਂ ਤੁਹਾਡੀਆਂ ਵਧੀਆ ਵਧੀਆ ਰਚਨਾਵਾਂ ਨੂੰ ਛਾਪ ਸਕੀਏ। ਤਾਂ ਦੋਸਤੋ, ਇਸ ਸ਼ੰਖਲਾ ਦੇ ਵਿੱਚ ਵਿਲੱਖਣ ਸ਼ਖਸੀਅਤ ਦੇ ਵਿੱਚ ਅੱਜ ਤੁਸੀਂ ਗੋਗੀ ਗਰੇਵਾਲ ਜੀ ਦੇ ਨਾਲ ਮੁਲਾਕਾਤ ਜਿਹੜੀ ਹੈਗੀ ਆ ਉਹ ਦੇਖੀ। ਇਸ ਤੋਂ ਪ੍ਰੇਰਨਾ ਕੁਛ ਵੀ ਤੁਹਾਨੂੰ ਮਿਲੇ ਜਾਂ ਕੋਈ ਤੁਹਾਨੂੰ ਕੁਐਸਚਨ ਹੋਵੇ, ਤੁਸੀਂ ਪ੍ਰਦੇਸ਼ ਟਾਈਮ ਟੀਵੀ ਦੇ ਜਿਹੜਾ ਟੈਲੀਫੋਨ ਨੰਬਰ ਜਾਂ ਈਮੇਲ ਕਰ ਸਕਦੇ ਹੋ ਤੁਸੀਂ। ਅਤੇ ਅੱਜ ਲਈ ਇੰਨਾ ਹੀ, ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।